ਬੋਲੀ ਜਾਣ ਦੇ ਬੋਲ ਬੋਲੀ ਜਾਣ ਦੇ ਵੀਰ ਮਕੰਬਰਾਂ ਦੇ ਅੱਗੇ ਨਾ ਬੋਲ ਇਹ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਹੈ ਜਿੱਥੇ ਸੋਸ਼ਲ ਮੀਡੀਆ ਤੇ ਇੱਕ ਸ਼ਖਸ ਵੱਲੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਸ਼ਬਦ ਬੋਲੇ ਗਏ ਨੇ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਉਸ ਅਨਸਰ ਅਤੇ ਉਸ ਦੀ ਪਤਨੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਸਮੇਤ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। SPD ਫਤਿਹਗੜ੍ਹ ਸਾਹਿਬ ਰਾਕੇਸ਼ ਯਾਦਵ ਨੇ ਦੱਸਿਆ ਕਿ ਇਹ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਮਾਲੀ ਤੋਂ ਸਾਹਮਣੇ ਆਇਆ ਹੈ। ਥਾਣਾ ਡਬਾਲੀ ਵਾਲਾ ਸਿੰਘ ਪੁਲਿਸ ਨੇ ਜਿੱਥੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਅਪਸ਼ਬਦ ਵਰਤੇ, ਉੱਥੇ ਇਹ ਪਿੰਡ ਵਾਸੀਆਂ ਨੂੰ ਗਾਲਾਂ ਕੱਢਣ ਅਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਮੌਕੇ ਤੇ ਇਕੱਤਰ ਹੋਏ ਨਿਹੰਗ ਸਿੰਘਾਂ ਨਾਲ ਬਹਿਸਬਾਜ਼ੀ ਅਤੇ ਧੱਕਾਮੁੱਕੀ ਕਰਨ ਦੀ ਵੀਡੀਓ ਵੀ ਵਾਇਰਲ ਹੋਈ, ਜਿਸ ਵਿੱਚ ਗਾਲੀ ਗਲੋਚ ਕਰਨ ਵਾਲੇ ਅਨਸਰ ਨੂੰ ਪਿੰਡ ਵਾਸੀਆਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਇਸ ਸ਼ਰਾਰਤੀ ਅਨਸਰ ਦੀ ਖੂਬ ਛਿੱਤਰ ਪਰੇਡ ਵੀ ਕੀਤੀ ਗਈ, ਜਿਸ ਦੇ ਨਾਲ ਹੀ ਉਸਨੂੰ ਜ਼ਖਮੀ ਹਾਲਾਤ ਵਿੱਚ ਇਲਾਜ ਲਈ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਕੀ ਮਾਮਲਾ, ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ, ਪਿੰਡ ਕਮਾਲੀ? ਇਹ ਜੀ, ਸਾਨੂੰ ਵੀ ਸ਼ਿਕਾਇਤ ਮਿਲੀ ਸੀ ਔਰ ਉਹਦੇ ਤਹਿਤ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ, ਔਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਜਿਹੜਾ ਬਣਦੀ ਅੰਡਰ ਸੈਕਸ਼ਨ ਹੈ ਉਹ ਪਰਚਾ ਦਿੱਤਾ ਗਿਆ ਹੈ, ਇਹ 298 ਔਰ 351 BNS ਦੀ ਧਾਰਾ ਦੇ ਵਿੱਚ ਆਲਰੇਡੀ ਪਰਚਾ ਦਿੱਤਾ ਗਿਆ, 77 ਨੰਬਰ ਬੜਾ ਗਿਆ ਸੀ। ਕਿਹੜੇ ਪਿੰਡ ਦਾ ਮਾਮਲਾ ਜੀ? ਇਹ ਕਮਾਲੀ ਪਿੰਡ ਦਾ ਮੈਟਰ ਹੈ ਜੀ, ਥਾਣਾ ਬੜਾਲੀ ਵਾਲਾ ਸਿੰਘ, ਔਰ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ, ਸਖ਼ਤ ਤੋਂ ਸਖ਼ਤ ਇਸ ਦੇ ਵਿੱਚ ਕਾਰਵਾਈ ਕੀਤੀ ਜਾਊਗੀ। ਕੀ ਸੀ ਪੂਰਾ ਵੈਸੇ ਮਾਮਲਾ ਜੋ ਦੇਖਣ 'ਚ? ਇਹ ਧਾਰਮਿਕ ਭਾਵਨਾਵਾਂ ਦੇ ਨਾਲ ਛੇੜਛਾੜ ਦਾ ਮਾਮਲਾ ਹੈਗਾ ਜੀ, ਔਰ ਜਿਸ ਮੁਤਾਬਿਕ ਸਾਨੂੰ ਕੰਪਲੇਂਟ ਮਿਲੀ ਹੈ ਔਰ ਜਿਵੇਂ ਜੋ ਵੀ ਤੱਥ ਸਾਰੇ ਸਾਹਮਣੇ ਆ ਰਹੇ ਉਹਦੇ ਮੁਤਾਬਿਕ ਕਰ ਰਹੇ। ਕਿੰਨੇ ਬੰਦਿਆਂ ਦੇ ਖਿਲਾਫ਼ ਮਾਮਲਾ ਦਰਜ ਹੋਇਆ? 2 ਬੰਦੇ ਦੇ ਖਿਲਾਫ਼ ਮਾਮਲਾ ਦਰਜ ਹੋਇਆ, ਹਸਬੈਂਡ ਵਾਈਫ ਹੈ, ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਹੋਇਆ।